ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੁਕਮ ਦਿੰਦੇ ਆ ਸਿੱਖ ਸਦਭਾਵਨਾ ਦਲ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸੇਵਾ ਸੰਭਾਲ ਵਾਸਤੇ ਸਤਾ ਬਖਸ਼ੀ ਤੇ ਅਸੀਂ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਵਾਰ-ਵਾਰ ਰੰਗਲੇ ਪੰਜਾਬ ਦੀ ਗੱਲ ਕਰਦੇ ਹੋ ਰੰਗਲਾ ਪੰਜਾਬ ਕਿਵੇਂ ਹੋ ਜਦੋਂ ਤੁਸੀਂ ਸਤਾ ਚਾ ਕੇ ਬਾਕੀਆਂ ਤੋਂ ਹਟ ਕੇ ਸੌ ਚੁੱਕਣ ਦੀ ਬਜਾਏ ਅਰਦਾਸ ਕਰਕੇ ਪ੍ਰਣ ਕਰੋਗੇ ਕਿ ਅਸੀਂ ਰਾਜਨੀਤੀ ਨੇਤਾ ਨੀਤੀ ਰਾਜ ਨਹੀਂ ਕਰਾਂਗੇ ਬਲਕਿ ਸਿੱਖ ਨੀਤੀ ਤਹਿਤ ਲੋਕਾਂ ਦੀ ਨੀਤੀ ਤੇ ਲੋਕਾਂ ਨੂੰ ਰਾਜ ਦੇਾਂਗੇ ਸੇਵਾਦਾਰ ਬਣ ਕੇ ਜਿੱਥੇ ਪੰਜਾਬ ਦਾ ਮੰਤਰੀ ਮੰਡਲ ਸਵੇਰੇ ਪਰਣ ਕਰੇ ਇਹ ਸਾਬਤ ਸੂਰਤ ਹੋਣਗੇ ਰੰਗਲੇ ਪੰਜਾਬ ਵਿੱਚ ਊੜਾ ਜੂੜਾ ਪੱਗ ਚੁੰਨੀ ਬਾਣੀ ਬਾਣਾ ਪੰਥ ਗ੍ਰੰਥ ਸੇਵਾ ਸਿਮਰਨ ਕਲਮ ਕਿਰਪਾਨ ਇਹਨੂੰ ਅਸੀਂ ਬਹਾਲ ਕਰਾਂਗੇ ਦੂਸਰੀ ਗੱਲ ਨਸ਼ਾ ਕਿਸੇ ਕਿਸਮ ਦਾ ਨਹੀਂ ਹੋਊ ਪਰਗਮਨ ਨਹੀਂ ਹੋਊ ਮਰਦਾਰ ਨਹੀਂ ਹੋਊ ਚਾਹੇ ਉਹ ਸਰਕਾਰ ਹੈ ਚਾਹੇ ਉਹ ਪ੍ਰਸ਼ਾਸਨ ਹੈ ਪ੍ਰਸ਼ਤਾਚਾਰੀ ਨੀ ਹੋ ਤੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਧਾਰਮਿਕ ਸਮਾਜਿਕ ਆਰਥਿਕ ਤੇ ਰਾਜਨੀਤਿਕ ਇਨਸਾਫ ਮਿਲੂ ਉਥੇ ਪੰਜਾਬ ਵਾਸੀਆਂ ਲਈ ਦਵਾਈ ਪੜ੍ਹਾਈ ਸੇਤ ਸਿੱਖਿਆ ਕਮਾਈ ਸੁਰੱਖਿਆ ਸਿਧਾਂਤ ਜਵਾਨੀ ਕਿਸਾਨੀ ਅਜਮਤ ਸਨਤ ਪੌਣ ਪਾਣੀ ਧਰਤੀ ਭਵਿੱਖ ਹਰ ਤਰ੍ਹਾਂ ਨੂੰ ਜਿਉਂ ਦਾ ਤਿਉਂ ਰੱਖਿਆ ਜਾਊ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਾਬ ਨੂੰ ਸਾਰਾ ਕੁਝ ਦਿੱਤਾ ਗਿਆ ਸ਼ੇਰੇ ਪੰਜਾਬ ਵੱਲੋਂ ਨੂੰ ਸ਼ਿੰਗਾਰਿਆ ਗਿਆ ਤਿਵੇਂ ਤੁਸੀਂ ਉਹਨੂੰ ਸ਼ਿੰਗਾਰ ਕੇ ਰੱਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਦਬੀ ਕਾਂਡ ਦੇ ਇਨਸਾਫ ਦਿਓਗੇ 328 ਸਰੂਪਾਂ ਦਾ ਹਿਸਾਬ ਮੰਗੋਗੇ ਲਾਓਗੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰੋਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਦੀ ਕਾਲੀ ਸੋਚੀ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬ 'ਚ ਚੜ੍ਹੇ ਹੋਏ ਕਰਜ਼ੇ ਨੂੰ ਲਾਉਣ ਵਾਸਤੇ ਐਨ ਜੀਓ ਨੇ ਚਲਾਓਗੇ ਤੁਸੀਂ ਸਰਕਾਰ ਚਲਾਓਗੇ ਸਿਸਟਮ ਦਿਓਗੇ ਅਗਰ ਤੁਸੀਂ ਇਹ ਕਰਨ ਦੀ ਸੰਕਲਪ ਕਰਦੇ ਹੋ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਜਿੰਨਾ ਪੰਜਾਬ ਵਾਸੀਆਂ ਨੇ ਤੁਹਾਨੂੰ ਮਾਣ ਹੁਣ ਦਿੱਤਾ ਹੈ ਇਹ ਤੋਂ ਕਈ ਗੁਣਾ ਤੁਹਾਨੂੰ ਮਾਣ ਅੱਗੇ ਜਾ ਕੇ ਹੋਰ ਮਿਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ